ਏਵਨ ਪੰਜਾਬੀ ਅਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਹੈ। ਦੋਸਤੋ, ਪਿਛਲੇ ਦਿਨੀ ਇੱਕ ਜਲੰਧਰ ਦੇ ਕੈਂਬਰਿਜ ਸਕੂਲ ਤੋਂ ਖਬਰ ਕੀਤੀ ਸੀ ਕਿ ਚੌਥੀ ਛੱਤ ਦੇ ਉੱਪਰੋਂ ਇੱਕ ਵਿਦਿਆਰਥੀ ਜੋ ਕਿ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ, ਉਸ ਦੇ ਗਿਰਨ ਨੂੰ ਲੈ ਕੇ ਇੱਕ ਖਬਰ ਕੀਤੀ ਸੀ। ਲੇਕਿਨ ਹੁਣ ਉਸ ਸਾਰੀ ਘਟਨਾ ਦਾ ਜਿਹੜਾ ਸੱਚ ਹੈ ਉਹ ਸਾਹਮਣੇ ਆ ਗਿਆ। ਮੈਂ ਦੱਸਣਾ ਚਾਹੁੰਦਾ ਹਾਂ ਕਿ ਦਰਅਸਲ ਇਸ ਬੱਚੀ ਨੂੰ ਜਦੋਂ ਹੋਸ਼ ਆਇਆ ਤਾਂ ਇਸਨੇ ਮੀਡੀਆ ਨੂੰ ਇਹ ਦੱਸਿਆ ਕਿ ਦਰਅਸਲ ਕੋਈ ਸਕੂਲ ਦਾ ਹੀ ਵਿਦਿਆਰਥੀ ਸੀ ਜੋ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਔਰ ਮੇਰੀਆਂ ਕੁਛ ਤਸਵੀਰਾਂ ਸੀ ਜੋ ਨਿਊਡ ਤਸਵੀਰਾਂ ਸੀ ਉਹ ਉਸੇ ਨੂੰ ਲੈ ਕੇ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਸੀ। ਪੂਰਾ ਦਰਦ ਉਸ ਬੱਚੀ ਨੇ ਔਰ ਪੂਰੀ ਸੱਚਾਈ ਇਸ ਬੱਚੀ ਨੇ ਆਪਣੀ ਜ਼ਬਾਨ 'ਚੋਂ ਦੱਸੀ ਹੈ। ਪਹਿਲਾਂ ਸੁਣੋ ਉਸ ਦੀ ਸੱਚਾਈ। ਇਸ਼ਾਂਤ ਬ੍ਰੇਕ ਮੇਂ ਮੇਰੇ ਪਾਸ ਆਇਆ ਔਰ ਉਸਨੇ ਮੁਝੇ ਬੋਲਾ ਕਿ ਬ੍ਰੇਕ ਕੇ ਬਾਅਦ ਉੱਪਰ ਆਈ ਹੋ ਫੋਰਥ ਫਲੋਰ ਪਰ। ਮੈਂ ਚਲੀ ਗਈ ਕਿਉਂਕਿ ਉਸ ਦਿਨ ਮੇਰੀ ਅਬੇ ਸੇ ਲੜਾਈ ਹੋਈ ਥੀ ਔਰ ਇਸੀ ਨੇ ਕਰਾਈ ਥੀ, ਮੁਝੇ ਲਗਾ ਸ਼ਾਇਦ ਸੋਲਵ ਕਰਾ ਦੇਗਾ। ਮੈਂ ਚਲੀ ਗਈ ਉੱਪਰ ਤੋ ਇਸਨੇ ਨਾ ਮੇਰੀ ਨਿਊਡ ਫੋਟੋ ਦਿਖਾਈ ਔਰ ਕਹਿਤਾ ਕਿ ਅਗਰ ਤੂੰ ਉਸਕੇ ਸਾਥ ਜ਼ਿਆਦਾ ਲੜਾਈ ਕਰੇਗੀ ਨਾ ਮੈਂ ਇਹ ਫੋਟੋ ਸਭਕੋ ਦਿਖਾ ਦੂੰਗਾ। ਦੋ ਚੇਅਰਸ ਪੜੀ ਥੀ, ਇਸਨੇ ਮੁਝੇ ਬੋਲਾ ਉਸ ਚੇਅਰਸ ਪੇ ਖੜੇ ਹੋ ਜਾਓ। ਮੈਨੇ ਇਸਕੀ ਬਾਤ ਮਾਨ ਲਈ ਕਿਉਂਕਿ ਮੁਝੇ ਵੋ ਫੋਟੋ ਕਾ ਡਰ ਥਾ ਕਿਉਂਕਿ ਵੋ ਫੋਟੋ ਇਤਨੀ ਗੰਦੀ ਥੀ ਕਿ ਕੋਈ ਵੀ ਮੇਰੇ ਬਾਰੇ ਮੈਂ ਗੰਦਾ ਸੋਚ ਸਕਦਾ ਹੈ। ਫਿਰ ਉਸਕੇ 2 ਮਿੰਟ ਬਾਅਦ ਇਸਨੇ ਮੇਰੇ ਕੋ ਧੱਕਾ ਦੇ ਦਿਆ। ਔਰ ਦੂਸਰੇ ਪਾਸੇ ਦੋਸਤੋ, ਇਸ ਪੂਰੇ ਮਾਮਲੇ ਤੋਂ ਬਾਅਦ, ਇਸ ਪੂਰੇ ਖੁਲਾਸੇ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਔਰ ਉਹਨਾਂ ਦੋਸ਼ੀਆਂ ਦੇ ਖਿਲਾਫ਼ ਉਹਨਾਂ ਨੇ ਪਰਚਾ ਦਾਖਲ ਕਰ ਲਿਆ। ਉਸ ਦੇ ਖਿਲਾਫ਼ ਕੇਸ ਨੂੰ ਰਜਿਸਟਰਡ ਕਰਨ ਤੋਂ ਬਾਅਦ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਫਿਸਰ ਨੇ ਵੀ ਕੁਛ ਕਿਹਾ, ਉਹ ਵੀ ਸੀ ਜਿਹੜਾ ਹੈ ਉਹਨੇ ਕਿਹਾ ਕਿ ਧੱਕਾ ਮਾਰਿਆ ਉਹਦੇ ਸੀ ਸੈਕਸ਼ਨ 307 ਜਿਹੜੇ 'ਤੇ ਨਿਊਡ ਪਿਕਸ ਦਿਖਾਈਆਂ ਸੀ, ਸੈਕਸ਼ਨ 67B ਐਕਟ ਉਹਦਾ ਜਿਹੜਾ ਲਾਇਆ ਹੈਗਾ, ਅਤੇ ਇਸ ਤੋਂ ਇਲਾਵਾ 354D ਜਿਹੜੀ ਨਿਊਡ ਪਿਕਸ ਦਿਖਾਈਆਂ ਨੇ ਬਣਾਈਆਂ ਕਿਸ ਦੀਆਂ ਪਬਲਿਸ਼ ਕਰਨੀਆਂ ਜਾਂ ਬਣਾਉਣੀਆਂ, ਉਹ ਅਸੀਂ ਧਾਰਾਵਾਂ ਐਡ ਕੀਤੀਆਂ ਨੇ ਅਤੇ ਬਾਕੀ ਉਹਨੂੰ ਇਨਵੈਸਟੀਗੇਸ਼ਨ ਜਾਰੀ ਹੈ। ਬਿਲਕੁਲ ਜੀ ਬਿਲਕੁਲ, ਜਿਨ੍ਹਾਂ ਨੇ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕੀਤੀ ਹੈ ਔਰ ਇਸ ਉਮਰ ਦੇ ਵਿੱਚ ਇੰਨੀ ਵੱਡੀ ਹਰਕਤ ਕੀਤੀ ਹੈ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕਿਸੇ ਦੀ ਹਿੰਮਤ ਨਾ ਪਵੇ ਕੁਛ ਇਹੋ ਜਿਹਾ ਗਲਤ ਕਰਨ ਦੀ। ਪ੍ਰੋਗਰਾਮ ਦੇ ਅੰਤ ਵਿੱਚ ਦੋਸਤੋ, ਕਮੈਂਟ ਕਰਿਆ ਕਰੋ, ਕਮੈਂਟ ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸ ਦੀ ਪੁਖਤਾ ਜਾਣਕਾਰੀ ਹੈ ਤਾਂ ਪਲੀਜ਼ ਮੇਲ ਕਰ ਸਕਦੇ ਹੋ। ਸਾਡੀ ਮੇਲ ਆਈਡੀ ਹੈ kharian-a1@gmail.com। ਜੇ ਸੰਪਰਕ ਕਰਨਾ ਚਾਹੁੰਦੇ ਹੋ 6280-3837-29 'ਤੇ ਕਰ ਵੀ ਸਕਦੇ ਹੋ। ਔਰ ਦੋਸਤੋ, ਏਵਨ ਪੰਜਾਬੀ ਤਾਂ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ। If you like this video, please subscribe the channel, like and share this video. Even Punjabi da sare darshakan nu desh videsh diyan sangatan nu tohfa. Even Punjabi utte koi vi dharmik samagam ya pendu khedan live karwa sakde ho sirf 15000 rupaye vich. Ji haan, sirf 15000 rupaye vich tuhanu multi setup de naal mixer de naal milega worldwide live on Even Punjabi TV. ਤਾਂ ਫਿਰ ਇੰਤਜ਼ਾਰ ਕਿਸ ਚੀਜ਼ ਦਾ ਹੈ? ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਧਾਰਮਿਕ ਸਮਾਗਮ ਜਾਂ ਰਵਾਇਤੀ ਖੇਡਾਂ ਦਾ ਸਿੱਧਾ ਪ੍ਰਸਾਰਣ ਏਵਨ ਪੰਜਾਬੀ 'ਤੇ, ਤਾਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ 'ਤੇ।